ਵੱਡਾ ਦੁੱਖ ਵਾ ਅੱਜ ਮੁੱਖ ਮੰਤਰੀ ਪੰਜਾਬ ਆਏ ਕੀ ਕਹੋਗੇ ਦੱਸੋ ਕੀ ਕਹਿ ਕੇ ਗਏ ਨੇ ਮੇਰਾ ਬੱਚਾ ਡਿਊਟੀ ਤੇ ਗਿਆ ਏ ਤਿਆਰ ਹੋ ਕੇ ਮੈਂ ਬੜੇ ਮਾਣ ਨਾਲ ਤੋਰੇ ਆਪਣੇ ਬੱਚੇ ਨੂੰ ਮੈਂ ਆਪਣੇ ਬੱਚੇ ਨੂੰ ਲਾਡਾ ਨਾਲ ਤੋਰਿਆ ਆ ਮੈਂ ਵਰਦੀਆਂ ਪ੍ਰੈਸ ਕਰਕੇ ਤੋਰਿਆ ਮੇਰਾ ਬੱਚਾ ਘਰ ਨਹੀਂ ਆਇਆ ਮੰਗੜੀਆਂ ਦੀਆਂ ਤਿਆਰੀਆਂ ਕਰਦੀ ਸੀ ਅਜੇ ਮੈਂ ਤਿਆਰੀਆਂ ਕਰਦੀ ਆਪਣੇ ਪੁੱਤ ਨੂੰ ਵੀ ਆਉਂਦੀਆਂ 1 ਕਰੋੜ ਰੁਪਈਆ ਸਰਕਾਰ ਵੱਲੋਂ ਸੀ ਪੰਜਾਬ ਸਰਕਾਰ ਵੱਲੋਂ ਅੱਜ ਮੈਂ 1 ਕਰੋੜ ਰੁਪਏ ਦਾ ਚੈੱਕ ਅਤੇ ਪੰਜਾਬ ਪੁਲਿਸ ਦੀ ਇੰਸ਼ੋਰੈਂਸ ਪੋਲਿਸੀ ਜਿਹੜੀ HDFC ਬੈਂਕ ਦੇ ਨਾਲ 1 ਕਰੋੜ ਰੁਪਈਆ ਉਸ ਬੈਂਕ ਵੱਲੋਂ ਸੋ 2 ਕਰੋੜ ਰੁਪਈਏ ਦੀ ਆਰਥਿਕ ਸਹਾਇਤਾ ਦੇ ਕੇ ਆਇਆ ਕੁਲਦੀਪ ਪੜ੍ਹਦੀ ਕੁਲਦੀਪ ਸਿੰਘ ਜਿਹੜੇ ਕਿ ਕੁਛ ਲੁਟੇਰੇ ਜਿਹੜੇ ਕਿ ਕਾਰ ਖੋ ਕੇ ਭੱਜ ਰਹੇ ਸੀਗੇ ਉਹਨਾਂ ਦਾ ਪਿੱਛਾ ਕਰਦੇ ਸੀ ਅਤੇ ਫੋਨ ਪਿੱਛੇ ਕਰੋ ਕ੍ਰੋਸ ਫਾਇਰਿੰਗ ਦੇ ਵਿੱਚ ਉਹਨਾਂ ਨੇ ਸ਼ਹੀਦੀ ਪਾਈ ਪੰਜਾਬ ਪੁਲਿਸ ਦੇ ਬਹੁਤ ਬਹਾਦਰ ਔਰ ਦ੍ਰਿੜ ਇਰਾਦੇ ਵਾਲੇ ਕੁਲਦੀਪ ਸਿੰਘ ਜੀ ਸੀ ਔਰ ਪਰਿਵਾਰ ਨੇ ਵੀ ਦੱਸਿਆ ਕਿ ਸ਼ੁਕਰੀਆ ਸੇਵਾ ਭਾਵਨਾ ਬਹੁਤ ਸੀ ਕਈ ਪਰਿਵਾਰਾਂ ਦੀ ਰੋਟੀ ਉਹਨਾਂ ਦੇ ਸਿਰ ਤੋਂ ਚੱਲਦੀ ਸੀ ਸੋ ਅੱਜ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਹੈ ਸ਼ਹੀਦ ਜਿਹੜੇ ਹੁੰਦੇ ਨੇ ਇੱਕੋ ਪਰਿਵਾਰ ਦੇ ਨਹੀਂ ਹੁੰਦੇ ਉਹ ਸਾਰੇ ਪੰਜਾਬ ਦੇ ਹੁੰਦੇ ਨੇ ਡਿਊਟੀ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਹੈ ਸੋ ਪੰਜਾਬ ਸਰਕਾਰ ਵੱਲੋਂ ਜੋ ਅਨਾਊਂਸਮੈਂਟ ਕੀਤੀ ਗਈ ਸੀ ਦਿੱਲੀ ਸਰਕਾਰ ਦੇ ਵਿੱਚ ਵੀ ਅਸੀਂ ਇੱਦਾਂ ਹੀ ਕਰਦੇ ਹਾਂ ਪੰਜਾਬ 'ਚ ਵੀ ਕਰਦੇ ਹਾਂ ਕਿ ਡਿਊਟੀ ਦੌਰਾਨ ਕੋਈ ਪੁਲਿਸ ਜਵਾਨ ਜਾਂ ਫਿਰ ਕੋਈ ਫੌਜੀ ਜਵਾਨ ਕਿਤੇ ਵੀ ਦੇਸ਼ ਦੀ ਸਰਹੱਦ 'ਤੇ ਡਿਊਟੀ ਦੌਰਾਨ ਅਗਰ ਵੈਸੇ ਤਾਂ ਅਸੀਂ ਕੌਣ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਹਾ ਜਾ ਵਕਤ ਨਾ ਆਵੇ ਪਰ ਜੇ ਡਿਊਟੀ ਦੌਰਾਨ ਕੋਈ ਸ਼ਹੀਦੀ ਹੁੰਦੀ ਹੈ ਤਾਂ 1 ਕਰੋੜ ਰੁਪਈਆ ਸਰਕਾਰ ਵੱਲੋਂ ਅਸੀਂ ਪੰਜਾਬ ਸਰਕਾਰ ਵੱਲੋਂ ਅੱਜ ਮੈਂ 1 ਕਰੋੜ ਰੁਪਏ ਦਾ ਚੈੱਕ ਅਤੇ ਪੰਜਾਬ ਪੁਲਿਸ ਦੀ ਇੰਸ਼ੋਰੈਂਸ ਪੋਲਿਸੀ ਜਿਹੜੀ HDFC ਬੈਂਕ ਦੇ ਨਾਲ 1 ਕਰੋੜ ਰੁਪਈਆ ਉਸ ਬੈਂਕ ਵੱਲੋਂ ਸੋ 2 ਕਰੋੜ ਰੁਪਈਏ ਦੀ ਆਰਥਿਕ ਸਹਾਇਤਾ ਦੇ ਕੇ ਆਇਆ ਕੁਲਦੀਪ ਬੋਹਰਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਪਰ ਇਹ ਹੈ ਕਿ ਪਰਿਵਾਰ ਥੋੜ੍ਹਾ ਜਿਹਾ ਆਰਥਿਕ ਤੌਰ 'ਤੇ ਕੋਈ ਦਿੱਕਤਾਂ ਨਾ ਆਉਣ ਅਤੇ ਕੁਲਦੀਪ ਸਿੰਘ ਸ਼ਹੀਦ ਕੁਲਦੀਪ ਸਿੰਘ ਦੇ ਨਾਂ 'ਤੇ ਬਹੁਤ ਵਧੀਆ ਸਟੇਡੀਅਮ ਇਸ ਪਿੰਡ 'ਚ ਬਣਾਉਣ ਦਾ ਫੈਸਲਾ ਕੀਤਾ ਅਤੇ ਉਹਦੇ ਵਿੱਚ ਟਰੈਕ ਵੀ ਬਣਾਵਾਂਗੇ ਤਾਂ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਮੁੰਡੇ ਫੌਜ 'ਚ ਜਾਂ ਪੁਲਿਸ 'ਚ ਭਰਤੀ ਹੋਣ ਵਾਸਤੇ ਉਹਨਾਂ ਨੂੰ ਸੜਕਾਂ 'ਤੇ ਜਾਂ ਕੱਚੇ ਪਹਿਆਂ 'ਤੇ ਨਾ ਭੱਜਣਾ ਪਵੇ ਉਹ ਇੱਥੇ ਪ੍ਰੈਕਟਿਸ ਕਰ ਸਕਣ ਔਰ ਇਹ ਇਲਾਕਾ ਜਿਹੜਾ ਸਾਰਾ ਇਲਾਕਾ ਹੈ ਇਹ ਸਾਬਕਾ ਫੌਜੀਆਂ ਦਾ ਜਾਂ ਪੁਲਿਸ ਦੇ ਜਵਾਨਾਂ ਦਾ ਇਲਾਕਾ ਹੈ ਸ਼ਹੀਦ ਕੁਲਦੀਪ ਸਿੰਘ ਦੇ ਦਾਦਾ ਜੀ ਵੀ ਜਿਹੜੇ ਸੀ ਰਿਟਾਇਰ ਫੌਜੀ ਨੇ ਸੋ ਇੱਕ ਦੇਸ਼ ਭਗਤ ਪਰਿਵਾਰ ਹੈ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਨਾ ਹੀ ਘਾਟ ਪੂਰੀ ਕਰ ਸਕਦੇ ਪਰ ਇੰਨਾ ਕਹਿ ਸਰਕਾਰ ਉਹਨਾਂ ਦੇ ਹਰ ਮੁਸ਼ਕਲ ਮੌਕੇ 'ਚ ਨਾਲ ਖੜੂਗੀ ਔਰ DC ਸਾਹਿਬ ਨੂੰ ਆਰਡਰ ਕਰ ਦਿੱਤੇ ਗਏ ਨੇ ਆਹ ਜਿਹੜੀ ਸੜਕ ਹੈ ਇਹਨੂੰ ਵੀ ਜਿਹੜੀ ਇੱਥੋਂ ਆਉਂਦੀ ਹੈ 1.25 ਕਿਲੋਮੀਟਰ ਸੜਕ ਹੈ ਕਸਬੇ ਤੋਂ ਆਉਂਦੀ ਹੈ ਜਿਹੜੀ ਅਤੇ ਉਹਨੂੰ ਵੀ ਸ਼ਹੀਦ ਕੁਲਦੀਪ ਸਿੰਘ ਮਾਰਗ ਦੇ ਨਾਂ 'ਤੇ ਅਸੀਂ ਰੱਖਾਂਗੇ ਅਤੇ ਔਰ ਸ਼ਹੀਦ ਕੁਲਦੀਪ ਸਿੰਘ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਸਾਡਾ ਮੇਰਾ ਬੱਚਾ ਡਿਊਟੀ ਤੇ ਗਿਆ ਏ ਤਿਆਰ ਹੋ ਕੇ ਮੈਂ ਬੜੇ ਮਾਣ ਨਾਲ ਤੋਰੇ ਆਪਣੇ ਬੱਚੇ ਨੂੰ ਮੈਂ ਆਪਣੇ ਬੱਚੇ ਨੂੰ ਲਾਡਾ ਨਾਲ ਤੋਰਿਆ ਆ ਮੈਂ ਵਰਦੀਆਂ ਪ੍ਰੈਸ ਕਰਕੇ ਤੋਰਿਆ ਮੇਰਾ ਬੱਚਾ ਘਰ ਨਹੀਂ ਆਇਆ ਮੇਰਾ ਬੱਚਾ ਸੀਐਮ ਸਾਹਿਬ ਕੀ ਕਹਿ ਕੇ ਗਏ ਦੱਸੋ ਮਾਂ ਜੀ ਤੁਹਾਡੇ ਨਾਲ ਆ ਤੁਹਾਡੇ ਨਾਲ ਮੇਰਾ ਬੱਚਾ ਨਹੀਂ ਆਉਣਾ ਮੇਰਾ ਬੱਚਾ ਨਹੀਂ ਆਉਣਾ ਮੇਰਾ ਬੱਚਾ ਮੈਂ ਕੀ ਕੁਛ ਨਹੀਂ ਕਹਿਣਾ ਚਾਹੁੰਦੀ ਮੇਰਾ ਬੱਚਾ ਨਹੀਂ ਰਿਹਾ ਤੇ ਮੈਂ ਕੀ ਕਹਿਣਾ ਉਹ ਮੈਂ ਕੀ ਕਹਿਣਾ ਮੇਰਾ ਬੱਚਾ ਨਹੀਂ ਰਿਹਾ ਤੇ ਮੈਂ ਕੀ ਕਹਿਣਾ ਮੈਂ ਕੁਛ ਨਹੀਂ ਰਹਿਣਾ ਮੇਰੇ ਪੁੱਤ ਤੇ ਪੂਰਾ ਮੈਨੂੰ ਮਾਣ ਏ ਮੇਰੇ ਬੱਚੇ ਤੇ ਪੂਰਾ ਮਾਣ ਏ ਮੈਨੂੰ ਹਾਏ ਬੜੇ ਬਹਾਦਰ ਕੰਮ ਕੀਤੇ ਮੇਰੇ ਬੱਚੇ ਨੇ ਬੜੇ ਬਹਾਦਰ ਕੰਮ ਕੀਤੇ ਮੇਰੇ ਬੱਚੇ ਨੇ ਹਾਏ ਹਮੇਸ਼ਾ ਲੋਕਾਂ ਦੇ ਦੁੱਖ ਤੋਂ ਭੱਜੀ ਪਹੁੰਚਦਾ ਜੀ ਹਾਏ ਮੇਰਾ ਬੱਚਾ ਕਿਹਦੇ ਸੱਖ ਦੁੱਖ ਦੇ ਸਾਥ ਪਹੁੰਚਦਾ ਸੀ ਮੇਰਾ ਬੱਚਾ ਕਿਹਦਾ ਵੀ ਦੁੱਖ ਹੁੰਦਾ ਸੀ ਪੂਰਾ ਦੁੱਖ ਵੰਡਾਉਂਦਾ ਸੀ
ਮੇਰਾ ਬੱਚਾ ਦੁੱਖ ਵੰਡਾਉਂਦਾ ਸੀ ਸਾਰਿਆਂ ਦੇ ਸਾਰਿਆਂ ਦੇ ਦੁੱਖ ਵੰਡਾਉਂਦਾ ਸੀ ਨਹੀਂ ਨਹੀਂ ਮੈਂ ਨਹੀਂ ਅਜੇ ਪੁੱਤ ਮੰਗਿਆ ਅਜੇ ਮੈਂ ਮੰਗਣੀਆਂ ਦੀਆਂ ਤਿਆਰੀਆਂ ਕਰਦੀ ਸੀ ਅਜੇ ਮੈਂ ਤਿਆਰੀਆਂ ਕਰਦੀ ਆਪਣੇ ਪੁੱਤ ਨੂੰ ਵੀ ਆਉਂਦੀਆਂ ਮੈਨੂੰ ਕੁਛ ਨਹੀਂ ਪਤਾ ਲੱਗਦਾ ਮੈਨੂੰ ਨਾ ਪੁੱਛੋ ਕੁਛ ਵੀ ਮੈਨੂੰ ਨਾ ਪੁੱਛੋ ਹਾਂਜੀ ਸੀ ਐਮ ਸਾਹਿਬ ਨੇ ਸਾਨੂੰ ਬੜੇ ਮਾਣ ਨਾਲ ਕਿਹਾ ਹੈ ਕਿ ਮੈਂ ਪੂਰਾ ਇਨਸਾਫ ਦਊਂਗਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸਾਡੀ ਮੰਗ ਹੀ ਇਹ ਸੀ ਹੋਰ ਸਾਡੀ ਕੋਈ ਮੰਗ ਨਹੀਂ ਸੀ ਕਿ ਸਾਡੇ ਪੁੱਤ ਨੂੰ ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਸੱਚਾਈ ਉਹ ਸਾਹਮਣੇ ਆਉਣੀ ਚਾਹੀਦੀ ਹੈ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਜੀ ਉਹਨਾਂ ਨੇ ਆਪਣੀਆਂ ਟੀਮਾਂ ਨੂੰ ਆਲਰੇਡੀ ਕਹਿੰਦੇ ਮੈਂ ਲਗਾਇਆ ਹੋਇਆ ਇਸ ਚੀਜ਼ ਨੂੰ ਲੈ ਕੇ ਬਾਕੀ ਸਾਡੀ ਹੋਰ ਕੋਈ ਮੰਗ ਨਹੀਂ ਸੀ ਬਾਕੀ ਸਾਡੇ ਨਾਲ ਐਜ਼ ਆ ਫੈਮਿਲੀ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਸੀ ਕੀ ਕੁਛ ਅਨਾਊਂਸ ਕਰਕੇ ਗਏ ਜੀ ਉਹ ਸਾਡੇ ਪੁੱਤ ਲਈ ਇੱਕ ਸਟੇਡੀਅਮ ਅਨਾਊਂਸ ਕਰਕੇ ਗਏ ਨੇ ਜੀ ਇੱਕ ਉਹਨਾਂ ਦਾ ਸਟੈਚੂ ਕਰਕੇ ਗਏ ਨੇ ਉਹਨਾਂ ਦੇ ਨਾਮ 'ਤੇ ਔਰ ਇੱਕ ਸੜਕ ਜਿਹੜਾ ਇਹਨਾਂ ਦੇ ਵਡਾਲਾ ਬਾਂਗਰ ਤੋਂ ਪਿੰਡ ਤੱਕ ਸੜਕ ਹੁੰਦੀ ਹੈ ਜੀ 18 ਫੁੱਟ ਉਹਨੂੰ 33 ਫੁੱਟ ਕਰਕੇ ਗਏ ਨੇ ਉਹ ਵੀ ਉਸਦੇ ਨਾਮ 'ਤੇ ਆ ਔਰ 2 ਕਰੋੜ ਰੁਪਈਆ ਸਾਨੂੰ ਮਾਲੀ ਸਹਾਇਤਾ ਦਿੱਤੀ ਹੈ ਜੀ ਸਰਕਾਰ ਵੱਲੋਂ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰਮਿੰਦਰ ਜੇ ਆਪਾਂ ਗੱਲ ਕਰੀਏ ਤਾਂ ਇੰਸਟਾ ਸਟਾਰ ਪਰਿਵਾਰ ਦਾ ਪੁੱਤ ਇਕੱਲਾ ਪੁੱਤ ਇਕਲੌਤਾ ਪੁੱਤ ਸ਼ਾਇਦ ਕਈ ਪਰਿਵਾਰਾਂ ਦਾ ਆਸਰਾ ਹੀ ਸੀ ਬਿਲਕੁਲ ਜੀ ਘਾਟਾ ਤਾਂ ਕਦੇ ਨਹੀਂ ਹੋ ਸਕਦਾ ਪੈਸੇ ਜਾਂ ਨੌਕਰੀਆਂ ਜਾਂ ਕੁਛ ਇੱਦਾਂ ਦੀਆਂ ਉਹ ਇਹਨਾਂ ਕੰਧਾਂ ਨੇ ਤਾਂ ਨਹੀਂ ਕੀ ਕਰਨਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਪੁੱਤ ਸਾਡਾ ਘਰ ਸਾਡਾ ਸਾਰਾ ਪਰਿਵਾਰ ਉੱਜੜ ਗਿਆ ਜੀ ਔਰ ਉਹ ਬਹੁਤ ਜ਼ਿਆਦਾ ਖੁਦ ਹੀ ਆਪਣੇ ਆਪ 'ਚ ਇੱਕ ਸੁਪਰ ਸਟਾਰ ਸੀ ਜੀ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਖੁਦ ਗਰੀਬਾਂ ਦਾ ਮਸੀਹਾ ਸੀ ਉਹਦੇ ਨਾਲ ਉਹਦੇ ਇੱਥੇ ਫਰੈਂਡਸ ਨੇ ਜਿਹੜੇ ਉਹਦੇ ਨਾਲ ਚੱਲਦੇ ਸੀ ਔਰ ਉਹਦੇ ਮਤਲਬ ਕਹਿੰਦਾ ਉਹ ਰੋਟੀ ਉਹਨਾਂ ਦੇ ਨਾਲ ਚੱਲਦੀ ਸੀ ਔਰ ਖੁਦ ਹੀ ਉਹਦੇ 2 ਲੱਖ ਫੋਲੋਵਰ ਸੀ ਉਹਦੇ ਇੰਸਟਾ 'ਤੇ ਹਾਂਜੀ ਦੋ ਪਰਿਵਾਰ ਦੇ ਜੀਆਂ ਨੂੰ ਇੱਕ ਸਿਸਟਰ ਨੂੰ ਸਾਡੀ ਨੂੰ ਔਰ ਇੱਕ ਉਸਦੇ ਹਸਬੈਂਡ ਨੂੰ ਜੋਬ ਅਨਾਊਂਸ ਕਰਕੇ ਗਏ ਨੇ ਜੀ ਸੰਤੁਸ਼ਟ ਹੈ ਜੀ ਕੀ ਕਰ ਸਕਦੇ ਹਾਂ ਜੀ ਅਸੀਂ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਜੋ ਸੱਚਾਈ ਉਹ ਸਾਹਮਣੇ ਆਵੇ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਬਾਬਾ ਜਲਾਲ ਸ਼ਾਹ 9786-86-799 ਪਤਾ ਲੁਧਿਆਣਾ ਪੰਜਾਬ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੌਤਨ ਦੁਸ਼ਮਣ ਦਾ ਖਾਤਮਾ ਤਲਾਕ ਕੇਸ ਜ਼ਮੀਨੀ ਝਗੜਾ ਕਰਜ਼ਾ ਮੁਕਤੀ ਵਿਦੇਸ਼ ਯਾਤਰਾ ਵਿਦੇਸ਼ ਚ ਪੱਕੇ ਹੋਣਾ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਬਾਬਾ ਜਲਾਲ ਸ਼ਾਹ 9786-86-799 ਪਤਾ ਲੁਧਿਆਣਾ